ਜੰਮੂ ਕਸ਼ਮੀਰ ਦਾ ਲੋਕ ਐਸਾ ਬਹੁਤ ਵੱਡਾ ਧੜਾਇਆ ਕਿਉਂਕਿ ਅ ਅੱਜ ਦਾ ਦਿਨ ਜਿਹੜਾ ਹੈ ਜਿਹੜਾ ਸਾਡਾ 26 ਤਰੀਕੀ 26 ਅਕਤੂਬਰ ਕੀ 1947 ਕੀ ਜਿਸ ਦਿਨ ਦੇਸ਼ ਆਜ਼ਾਦ ਹੋਇਆ 15 ਅਗਸਤ ਕੀ ਔਰ ਉਹਦੇ ਚ ਜੰਮੂ ਕਸ਼ਮੀਰ ਜਿਹੜੀ ਰਿਆਸਤ ਸੀ ਉਸ ਲੈ ਕਿਉਂਕਿ ਅੰਗਰੇਜ਼ਾਂ ਦਾ ਰਾਜ ਸਾਡੇ ਉੱਪਰ ਰਿਹਾ ਨਹੀਂ ਔਰ ਅਸ ਇੱਕ ਬਖਰਾ ਗਿਆ ਆਪਣੇ ਆਪ ਚ ਇੱਕ ਬਖਰਾ ਸਟੇਟ ਬਖਰਾ ਮੁਲਕ ਹੈ ਇਹ ہندوستان ਕਰਨੇ ਸਾਡਾ ਰਿਸ਼ਤਾ ਇਹ ਰਿਸ਼ਤਾ ਹੈ ਲੇਕਿਨ ਲੀਗਲੀ ਕੋਈ ਰਿਸ਼ਤਾ ਨਹੀਂ ਹਾਂ ਔਰ ਉਸ ਲੈ 15 ਅਗਸਤ ਕੀ ਜਲੇ ਦੇਸ਼ ਆਜ਼ਾਦ ਹੋਇਆ ਜਿੰਨੀਆਂ ਵੀ ਜਿਹੜੇ ਮਹਾਰਾਜਾ ਦੀਆਂ ਸਟੇਟਾਂ ਹੀਆਂ ਕਰੀਬ ਕਰੀਬ ਉਹ ਸਟੇਟਾਂ ਸਾਰੀਆਂ ਹਿੰਦੁਸਤਾਨ ਦਾ ਇੱਕ ਪਾਰਟ ਬਣੀਆਂ ਲੇਕਿਨ ਜੰਮੂ ਕਸ਼ਮੀਰ ਜਿਹੜਾ ਹਾ ਉਹ ਪਾਰਟ ਨਹੀਂ ਬਣਿਆ ਤਾਂ 26 ਅਕਤੂਬਰ 1947 ਕੇ ਜਿਸ ਲੈ ਜਿਹੜਾ ਮਹਾਰਾਜਾ ਨੇ ਪ੍ਰਪੋਜ਼ਲ ਦਿੱਤਾ ਕਿ ਮੈਂ ਹਿੰਦੁਸਤਾਨ ਦਾ ਆਪਣੀ ਸਟੇਟ ਕੀ ਹਿੰਦੁਸਤਾਨ ਦਾ ਹਿੱਸਾ ਬਣਾਉਣਾ ਚਾਹਨਾ ਹੈ ਔਰ 27 ਅਕਤੂਬਰ ਕੀ ਜਿਹੜਾ ਲਾਰਡ ਮਾਊਟ ਬੈਂਟਨ ਜਿਹੜੇ ਗਵਰਨਰ ਜਨਰਲ ਆਫ ਇੰਡੀਆ ਹੈ ਉਹਨੇ ਲੈਟਰ ਕੀ ਐਕਸੈਪਟ ਕੀਤਾ तो छब्बी तरीक उन्हें प्रपोजल दे ते सताई की जो अक्सैप्ट होया तो इस इसे अस छब्बी भी मत एरिए इसी विले दिवस की मनांदे और सताई तरीक भी इसी विले दिवस इतना मनाया और मेन सताई अक्टूबर प्रपोजल जड़ा मारा महाराजा और पक्के तरीके से लीगल और कानूनी तरीके से हिन्दोस्तान हिस्सा है तो इसे अज दे दिन सेलिब्रेट करा करने ਲੱਡੂ ਬੰਡੀ ਹੈ ਸਾਡੇ ਸਾਥੀ ਸੈਲੀਬ੍ਰੇਟ ਕਰਾ ਕਰ ਦੇ ਆ ਇਹ ਸਾਡੇ ਸਤਾ ਵੱਡਾ ਤਿਹੜਾ ਜੀਆਂ ਮੈਂ ਸ਼ੁਰੂ ਚੱਖਿਆ ਇਸ ਹਸਤਾ ਹੈ ਔਰ ਮਹਾਰਾਜਾ ਹਰੀ ਸਿੰਘ ਜੀ ਦੇ ਨਾਰੇ ਅਮਰ ਰਹੇ ਦੇ ਨਾਰਾ ਇੱਥੇ ਲੱਗੇ ਨੇ ਉਹਦਾ ਕਾਰਨ ਇਹ ਹੈ ਕਿ ਮਹਾਰਾਜਾ ਹਰੀ ਸਿੰਘ ਹੋ ਰਹੇ ਇੱਕ ਆਪਣੀ ਦੂਰ ਅੰਦੇਸ਼ੀ ਸੋਚਦਾ ਇੱਕ ਪਰਮਾਨੇ ਦਿੱਤਾ ਕਿ ਉਹਨੇ ਬੜਾ ਜ਼ਬਰਦਸਤ ਪ੍ਰੈਸ਼ਰ ਹਸਲਾ ਹੈ ਜਿਲਾ ਹਿੰਦੁਸਤਾਨ ਦਾ ਵਟਵਾਰਾ ਹੋਇਆ ਔਰ ਪਾਕਿਸਤਾਨ ਬਣਿਆ ਪਾਕਿਸਤਾਨ ਵਾਲਾ ਪਾਸੇ ਦਾ ਵੀ ਬੜਾ ਪ੍ਰੈਸ਼ਰ ਹਾ ਕੇ ਉਹ ਵਿਲੇਜ ਜੜਾ ਹੈ ਜੰਮੂ ਕਸ਼ਮੀਰ ਦਾ ਪਾਕਿਸਤਾਨ ਕਰਨਿਆ ਕਰਨ ਲੇਕਿਨ ਉਹਨੇ ਆਪਣੀ ਦੂਰ ਅੰਦੇਸ਼ੀ ਸੋਚਦਾ ਇਹ ਜਿਹੜਾ ਅੱਜ ਹੁੰਦਾ ਇਹਰਾ ਪਰਨਾਮ ਅੱਜ ਅਸੀਂ ਮਿਲਾ ਕਰਦਾ ਕਿ ਉਹਨੇ ਦੇਖਿਆ ਕਿ ਹਿੰਦੁਸਤਾਨ ਇੱਕ ਐਸਾ ਮੁਲਕ ਹੈ ਜਿੱਥੇ ਮੇਰੀ ਰਿਆਸਤ ਦੇ ਲੋਕ ਰਹੀ ਹੈ ਤਰੱਕੀ ਕਰ ਸਕਦੇ ਨੇ ਅੱਗੇ ਵਧ ਸਕਦੇ ਨੇ ਹਿੰਦੁਸਤਾਨ ਕੇ ਆਨਾਲਾ ਇੱਕ ਐਸਾ ਮੁਲਕ ਹੈ ਕਿ ਜਿੱਥੇ ਜਿਹੜਾ ਖੁਸ਼ਹਾਲ ਇੱਕ ਆਮ ਨਾਗਰਿਕ ਰਹਿ ਸਕਦਾ ਹਤਾ ਉਹ ਪਾਕਿਸਤਾਨ ਚ ਨਹੀਂ ਰਹਿ ਸਕਦਾ ਉਹ ਹਿੰਦੁਸਤਾਨ ਚ ਜ਼ਿਆਦਾ ਸਕੋਪ ਹੈ ਔਰ ਖੁਸ਼ਹਾਲੀ ਦਾ ਜ਼ਿਆਦਾ ਚਾਂਸਸ ਹਨ ਔਰ ਇੱਕ ਬਿਹਤਰ ਮੁਲਕ ਚ ਜੁੜਨੇ ਦਾ ਉਹਨੇ ਜਿਹੜਾ ਫੈਸਲਾ ਕੀਤਾ ਔਰ ਅੱਜ ਉਸਦੇ ਸ਼ੁਕਰਗੁਜ਼ਾਰ ਆ ਮਹਾਰਾਜਾ ਹਰੀ ਸਿੰਘ ਜੀ ਦੇ ਕਿ ਉਹਨੇ ਉਸਲੇ ਫੈਸਲਾ ਨਹੀਂ ਲੇਤਾ ਹੁੰਦਾ ਤਾਂ ਸ਼ਾਇਦ ਕੁਸੇ ਕਿਹੜਾ ਮੁਲਕ ਚ ਅਸੀਂ ਕੁਥੈਂ ਪੈਦਾ ਹੋਣਾ ਔਰ ਕੋਈ ਪੁੱਛਣ ਵਾਲਾ ਨਹੀਂ ਹੋਣਾ ਤਾਂ ਉਹਨੇ ਜਿਹੜਾ ਫੈਸਲਾ ਲਿਆਤਾ ਔਰ ਜਿਹਦੀ ਵਜੇ ਕਨਸ ਹਿੰਦੁਸਤਾਨ ਦਾ ਟੂਟਾਂਗ ਬਣੇ ਹਿੰਦੁਸਤਾਨ ਦੇ ਨਾਗਰਿਕ ਬਣੇ ਔਰ ਅੱਜ ਅਸ ਆਪਣੇ ਬੜੇ ਗ ਦੇ ਪਾਰਟ ਐਂਡ ਪਾਰਸਲ ਨੇ ਹਿੰਦੁਸਤਾਨ ਦੇ ਨਾਗਰੀਕਾਂ ਇਸ ਹਸਤੇ ਮਹਾਰਾਜ ਆਰੀ ਸਿੰਘ ਜੀ ਦਾ ਅਮਰ ਰਹੇ ਦਾ ਨਾਰਾ ਲੱਗਿਆ ਔਰ ਅੱਜ ਦਾ ਦਿਨ ਜਿਹੜਾ ਇਸ ਹਸਤੇ ਸੈਲੀਬ੍ਰੇਟ ਕੀਤਾ ਗਿਆ ਅੱਜ ਦੇ ਦਿਨ ਅਸਰ ਪੱਕਾ ਠੱਕਾ ਤਰੀਕਾ ਕਰਨ ਲੀਗਲ ਔਰ ਕਾਨੂੰਨੀ ਤਰੀਕਾ ਕਰਨ ਅਸਰ ਹਿੰਦੁਸਤਾਨ ਦਾ ਅੰਗ ਬਣੇ ਇਸ ਹਸਤੇ ਸਾਡਾ ਜੰਮੂ ਕਸ਼ਮੀਰ ਹਸਤਾ ਹੈ ਇਹ ਦਿਨ 19 ਕੀ ਮਹੱਤਤਾ ਰੱਖਦਾ ਹੈ ਜਿੰਨਾ ਸਾਡਾ 15 ਅਗਸਤ ਰੱਖਦਾ ਹੈ ਜਿੰਨਾ ਸਾਡਾ 26 ਜਨਵਰੀ ਰੱਖਦਾ ਹੈ 19 ਮਹੱਤਤਾ ਇਹ ਦਿਨ ਇਹਦੀ ਸਾਡੇ ਜੰਮੂ ਕਸ਼ਮੀਰ ਦਾ ਲੋਕ ਹਸਤਾ ਹੈ 7 ਤੀਕ ਤੋਂ ਪ੍ਰਸ਼ਾਸਨ ਤੱਕ